भक्तिया साहब हमारे साथ, साथ मौजूद हैं इनसे आपकी मुलाकात कराएंगे एक चीज मैं थोनू सारेनू क्लियर कर दे हां कि हर मर्द दी ਘਰ ਦੇ ਵਿੱਚ ਇਸਤ ਬਰਾਬਰ ਹੁੰਦੀ ਸਹੀ ਠੀਕ ਹੈ ਉਹਨੂੰ ਤੁਸੀਂ ਪੋਜ਼ਿਟਿਵ ਲੈ ਲਓ ਜਾਂ ਨੈਗੇਟਿਵ ਲੈ ਲਓ اچھا ਆਪ ਭੰਗੜਾ ਡਾਲਤੇ ਵੇ ਇਤਨੇ ਅਜੀਬ ਜਾਂ ਬੁਰੇ ਨਹੀਂ ਲੱਗਤੇ ਜਿੰਨਾ ਆਪ ਇੱਕ ਲਫ਼ਜ਼ ਹੈ ਬੋਲਤੇ ਬੁਰਾ ਮੈਂ ਤੁਹਾਨੂੰ ਕਰਕੇ ਫਖਾਨਾ ਲਾ 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 ਏ ਨੋ ਨੋ ਕੰਦੇ ਨੇ ਬੁਰਾ ਕਿ ਤੁਸੀਂ ਦੇਖੋ ਨਾ ਤੁਸੀਂ ਫਿਰ ਮੇਰੇ ਨਾਲ ਮੁਕਾਬਲਾ ਕਰ ਲਓ ਤੁਸੀਂ ਮੈਨੂੰ ਬੁਰਾ ਕਰਕੇ ਵਿਖਾਓ ਜੀ ਮੈਂ ਕਿਤਾ ਬੁਰਾ ਹੂੰ ਗੱਡੇ ਤੇ ਨਾ ਚੜਦੀ ਗੱਡੀ ਰੇ ਤੇ ਨਾ ਚੜਦੀ ਆਸ਼ਕਾਂ ਦੇ ਗੱਟੂ ਤੇ ਟੱਪ ਚੜਦੀ ਅਬੋਲੋ ਤਾਰਾ ਰਾਰਾ ਆਹਾਂ ਹਾਂਜੀ ਬੋਲੋ ਤਾਰਾ ਰਾਰਾ 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 ਕਰਦੀ ਅਬੋਲੋ ਤਾਰਾ ਰਾਰਾ ਪਹਿਲਾ ਸਟੈਪ ਸਹੀ ਸਿਰਫ ਮੈਨੂੰ ਆਂਦਾ ਉਹਦਾ ਪਹਿਲਾ ਸਟੈਪ ਸਹੀ ਦੂਜਾ ਸਟੈਪ ਨਾ ਕਦੇ ਸਿੱਖਿਆ ਨਾ ਅੱਗੇ ਸਿੱਖਣਾ ਨਾ ਕਦੀ ਜ਼ਰੂਰਤ ਪਈ ਅੱਜ ਮੈਂ ਕੋਈ ਸਜ਼ੂਕੀ ਖੜੀ ਕਰਕੇ ਉਹਦੇ ਤੋਂ ਕੁਝ ਖੁਲੇਚਾ ਬਲਾਂਦਾ ਕੋਈ ਮਤਲਬ ਕੋਈ ਦਾਲ ਤੇ ਉਹ ਕੀ ਕਹਿੰਦੇ ਨੇ ਉਹਨੂੰ ਦਾਲ ਚੋਲ ਲਾਉਣਾ ਉੱਥੇ ਮੇਰੇ ਕੋ ਹਲੀਮ ਵੇਚਦਾ ਤੁਹਾਡੇ 'ਚ ਤੇ ਮੇਰੇ 'ਚ ਕੋਈ ਕੋਈ 10 12 ਸਾਲਾਂ ਦਾ ਫਰਕ ਹੋਣਾ ਹਾਂ ਹਾਂਜੀ ਹਾਂਜੀ ਭੰਗੜਾ ਪਾ ਪਾ ਕੇ ਹਾਂ ਵਾਲ ਸਾਰੇ ਮੇਰੇ ਝੜ ਗਏ ਦਿੱਲੀ 'ਚ ਹੋਏ ਸੱਚ ਤੇ ਗੱਲੀ 'ਚ ਖੜਾ ਨੱਚ ਆਪ 2 ਬਰਸ ਦੀ ਉਮਰ ਸੇ ਭੰਗੜਾ ਡਾਲ ਰਹੇ ਮੈਂ ਤੇ ਜਿਹੜੇ ਵੇਲੇ ਜੰਮਿਆ ਉਸ ਵੇਲੇ ਵੀ ਮੇਰੇ ਹੱਥ ਇੰਜ ਸਨ असलम प्रोग्राम पंजाब टू न्यूयॉर्क के साथ मैं हूं आपकी मेज़बान आदिया नाज नाजरीन हज़ब रिवायत आज भी हमारे प्रोग्राम में एक मेहमान शख्सियत मौजूद हैं और ये मेहमान शख्सियत एक कारोबारी शख्सियत है पाकिस्तान की मरूफ कारोबारी शख्सियत और इनका ताल्लुक़ जिस कम्यूनिटी से है आ, उनके बारे में ये कहा जाता है कि वो बहुत ज़्यादा जो है वो लोगों को खुश भी रखते हैं और हाउस uh, हस्बैंड भी हैं और इसके अलावा मर्दों के नशनी भी कह सकते हैं भक्तिया साहब हमारे साथ, साथ मौजूद हैं इनसे आपकी मुलाकात कराएंगे अलमकूम भक्तिया साहब कैसे हैं आप ठीक ठाक हैं अपने प्रोग्राम में वा, वालेक वाले, वाले, वाले आपका बहुत बहुत शुक्रिया कि आपने मुझको अपने प्रोग्राम में मधु किया अच्छा भक्तिया साहब मुझे बताइएगा आज आपकी क्या रूटीन है आज कल मसरूफियात खैर को खास नहीं आ गया ਲੇਕਿਨ ਫਿਰ ਵੀ ਬਸ ਮੈਂ ਕੋਸ਼ਿਸ਼ ਕਰਦਾ ਕਿ ਮਤਲਬ ਜਿਹੜੇ ਕੰਮ ਹੈਗੇ ਨੇ ਸਾਡੇ ਉਹ ਕਰਦਾ ਰਵਾਂ ਥੋੜਾ 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 ਜਿੰਨਾ ਮੈਂ ਮੈਂ ਸਮਝ ਰਿਹਾ ਨਾ ਮੇਰੀ ਗੱਲ ਤੁਸੀਂ ਮੈਂ ਥੋੜਾ 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 ਜਿੰਨਾ ਬਿਜ਼ੀ ਰਵਾਂ ਹਾਂ ਅੱਛਾ ਆਪਕਾ ਮੈਨੇ ਜੋ ਤਾਰੂਫ ਕਰਵਾਇਆ ਹੈ ਕਿ ਆਪ ਇਸਸੇ ਮਤਮਈਨ ਹੈ ਜੀ ਵੇਖੋ ਤਾਰੂਫ ਜਿਹੜਾ ਹੁੰਦਾ ਬੰਦੇ ਦਾ ਬੰਦੇ ਦੀ ਸ਼ਖਸੀਅਤ ਦਾ ਕਹਿੰਦੇ ਨੇ ਕਿ ਜੀ ਆਕਾਸ਼ ਹੁੰਦਾ ਹਾਂ ਤੇ ਮੇਰੇ ਲਈ ਮੇਰਾ ਖਿਆਲ ਹੈ ਠੀਕ ਹੈ ਮਤਲਬ ਤੁਸੀਂ ਜੋ ਕਹਿ ਰਹੇ ਹੋ ਕਿਉਂਕਿ ਮੈਂ ਮੈਂ ਇੱਕ ਮਨਮੋਜੀ ਤੇ ਬੜਾ ਮਸਤ ਬੰਦਾ ਹੂੰ ਠੀਕਾ ਖੁੱਲੇ ਡੁੱਲੇ ਜ਼ਹਿਨ ਦਾ ਬੰਦਾ ਠੀਕ ਹੈ ਇਹ ਤਾਂ ਆਪਣੇ ਉੱਤੇ پابੰਦੀਆਂ ਤੇ ਬੜੇ ਜਿਹੜੇ ਜਿਹੜੇ ਸੂਫੀ ਸੈਕ੍ਰੇਟਡ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਉਹ ਮਤਲਬ ਜਿਹੜੇ ਕਹਿੰਦੇ ਨੇ ਲੋਕੀ ਮਤਲਬ ਮੈਂ 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 ਇਹਨਾਂ ਚੀਜ਼ਾਂ ਨੂੰ ਨਹੀਂ ਮੰਨਦਾ अच्छा दरअसल ये सभी नाम एक ही किरदार के होते हैं एक ही शख्सियत के होते हैं इसीलिए आपका ये तारुफ करवाया गया जी जी बहरल बहुत-बहुत शुक्रिया कि सी अपने प्रोग्राम ਦੇ ਵਿੱਚ ਮੈਨੂੰ ਸੱਡਿਆ ਤੇ ਜਿਹੜੇ ਵੇਲੇ ਤੁਹਾਡਾ ਮੈਨੂੰ ਨਿਯੋਤਾ ਨਿਯੋਤਾ ਮਿਲਿਆ ਕਿ ਜੀ ਤੁਸੀਂ ਸਾਡੇ 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 ਪ੍ਰੋਗਰਾਮ ਦੇ ਵਿੱਚ ਤੁਸੀਂ ਤਸ਼ਰੀਫ ਲੈ ਕੇ ਆਓ ਤੇ ਮੈਨੂੰ ਬੜੇ ਮਤਲਬ ਬੜੀ ਖੁਸ਼ੀ ਹੋਈ ਤੇ ਮੈਨੂੰ ਤੇ ਮਤਲਬ ਮਤਲਬ ਪਰਸੋ ਦੇ ਬੜੇ ਚਾ ਚਾ ਚੜੇ ਨੇ ਕਿ ਮੈਂ ਤੁਹਾਡੇ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰ ਰਿਹਾ ਮਤਲਬ ਆਪਣੇ ਜਿਹੜੇ ਨਾਜ਼ਰੀਨ ਹੈਗੇ ਨੇ ਆਪਣੇ ਜਿਹੜੇ ਕਮਿਊਨਿਟੀ ਦੇ ਲੋਕੀ ਹੈਗੇ ਨੇ ਉਹਨਾਂ ਦੇ ਨਾਲ ਮਤਲਬ ਮੈਂ 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 ਮਤਲਬ ਮੈਂ ਮਤਲਬ ਹਮ ਕਲਾਮ ਹਾਂ अच्छा मुझे ये बताइएगा कि आप दरअसल हैं क्या नचनिया हैं या भक्तियां हैं थोड़ा सा क्लियर कर दें इस चीज को देखो मेरे जोश 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 मतलब मेरे जोश ते जज्बे नु गलत ना दिया जाता ठीक है नहीं, नहीं, मैं जी नचनिया भक्तिया पता नहीं वो कि जी नचण पता नहीं क्या क्या लोग मतलब मुझे ताने देते हैं लेकिन मुझे कोई फर्क नहीं पड़ता आई 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 डोंट केयर ठीक है ਉਹ ਮੈਂ ਮੈਂ ਜੀ ਮੈਂ ਮੈਂ ਤੁਹਾਨੂੰ ਦੱਸਿਆ ਕਿ ਜੀ ਮੈਂ ਇੱਕ ਮਨਮੋਜੀ ਬੰਦਾ ਮੈਂ ਬਿਲਕੁਲ ਮਸਤ ਮਲੰਗਾ ਮੈਨੂੰ ਇਹ ਮੈਨੂੰ ਮਤਲਬ ਕਿਸੇ 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 ਦੀ ਕੋਈ ਪਰਵਾਹ ਨਹੀਂ ਤੇ ਮੈਂ ਮੈਂ ਤਾਂ ਸਮਝਦਾ ਕਿ ਜੀ ਮੈਂ ਮਤਲਬ ਪਾਕਿਸਤਾਨੀ ਕਮਿਊਨਿਟੀ ਦਾ ਸਭ ਤੋਂ ਖੁਸ਼ ਰਹਿਣ ਵਾਲਾ ਇਨਸਾਨ ਸਭ ਤੋਂ ਖੁਸ਼ ਹਸਬੈਂਡ ਸਭ ਤੋਂ ਖੁਸ਼ ਹਾਊਸ ਹਸਬੈਂਡ ਹਾਊਸ ਹੋਲਡ ਹਸਬੈਂਡ

हां जी, हाँ जी। ये ਤੁਸੀਂ ਹੈਰਾਨ ਐਵੇਂ ਵਾਲੇ ਫੈਸਲਾ ਕਰਨਗੇ ਨਾ ਕਿ ਆਪਕੇ ਔਰ ਮੇਰੀ ਉਮਰ ਮੇ 10 ਸਾਲ ਦਾ ਫਰਕ ਹੈ ਜਾਂ 12 ਸਾਲ ਦਾ ਫਰਕ ਹੈ ਹਾਂ ਜੀ ਹਾਂ ਜੀ ਅਚਾ ਆਪਕਰ ਹੈਰਾਨ ਹੋਣਾ ਨਹੀਂ ਅੱਜ ਕੋਈ ਗੱਲ ਨਹੀਂ ਬੰਦਾ ਤਸلیم ਕਰ ਲੈਂਦਾ ਆਪਣੀ ਗੱਲ ਨੂੰ ਇਹ ਦੇਖਣ ਵਾਲੇ ਫੈਸਲਾ ਕਰਨਗੇ ਜੀ ਜੀ ਅਚਾ ਆਪ ਮੈਨੂੰ ਬਤਾਏਗਾ ਆਪ ਹਾਊਸ ਹਸਬੰਡ ਦੇ ਨਾਮ ਸੇ ਵੀ ਮਸ਼ਹੂਰ ਜਹਾਂ ਔਰ ਜਾਣੇ ਜਾਂਦੇ ਹੈਂ ਕੀ ਕਹਾਂਗੇ ਦੇਖੋ ਜੀ ਹਰ ਇਨਸਾਨ ਜਿਹੜਾ ਘਰ ਤੋਂ ਬਾਹਰ ਹੁੰਦਾ ਉਹ ਆਪਣੇ ਆਪ ਨੂੰ ਕਹਿੰਦਾ ਕਿ ਜੀ ਮੈਂ ਜੀ ਬਹੁਤ ਬੜਾ ਮਰਦ ਆ ਮ ਮ ਮ ਮ ਮ ਮੈਨੂੰ ਕਾਰ ਦੇ ਵਿੱਚ ਕੋਈ ਕੁਝ ਨਹੀਂ ਕਹਿੰਦਾ ਹਮ ਮੈਂ ਕਾਰ ਜਿਹੜੇ ਵਲੇ ਜਾਂਦਾ ਤੇ ਮਤਲਬ ਮੇਰੀ ਜਿਹੜੀ ਬੇਕਮ ਹੈ ਆਪਣੇ ਹੱਥਾਂ ਦੇ ਵਿੱਚ ਉਹ ਗਲਾਸ ਫੜ ਲੈਂਦੀ ਹੈ ਪਾਣੀ ਦਾ ਹਮ ਫਿਰ ਬਿਲਕੁਲ ਪੁੱਛਦੀ ਰੋਟੀ ਦਾ ਕੇ ਜੀ ਤੁਸੀਂ ਰੋਟੀ ਛੋਟੀ ਖਾਣੀ ਨਹੀਂ ਖਾਣੀ ਅੱਜ ਜੀ ਕੀ ਪਕਾਇਆ ਜੀ ਕੁੱਕੜ ਪਕਾਇਆ ਨੇ ਅੱਜ ਜੀ ਗੋਸ਼ਤ ਪਕਾਇਆ ਹਮ ਅੱਜ ਜੀ ਆਲੂ ਪਕਾਇਆ ਨੇ ਅੱਜ ਜੀ ਪਿੰਡੀਆਂ ਪਕਾਈਆਂ ਨੇ ਹਮ ਤੇ ਅੱਜ ਖਾਣਾ ਬਾੜ ਖਾਣਾ ਹਮ ਹੁੰਦਾ ਹੈ ਨਾ ਅੱਜ ਖਾਣਾ ਬਾਹਰ ਖਾਣਾ ਸ਼ੌਕ ਹੈ ਕਿਸੇ ਵੀ ਵਕਤ ਹਾਂਜੀ ਸ਼ੌਕ ਆ ਸਕਦਾ ਹੋ ਸਕਦਾ ਲੇਕਿਨ ਮੈਂ ਇੱਕ ਇੱਕ ਚੀਜ਼ ਇੱਕ ਚੀਜ਼ ਇੱਕ ਚੀਜ਼ ਮੈਂ ਤੁਹਾਨੂੰ ਸਾਰਿਆਂ ਨੂੰ ਕਲੀਅਰ ਕਰ ਦਿਆਂ ਕਿ ਹਰ ਮਰਦ ਦੀ ਘਰ ਦੇ ਵਿੱਚ ਇੱਜ਼ਤ ਬਰਾਬਰ ਹੁੰਦੀ ਸਹੀ ਠੀਕ ਹੈ ਉਹਨੂੰ ਤੁਸੀਂ ਪੋਜ਼ਿਟਿਵ ਲੈ ਲਓ ਜਾਂ ਨੈਗੇਟਿਵ ਲੈ ਲਓ ਹਮ ਹਾਊਸ ਹਸਬੈਂਡ ਨੂੰ ਤੁਸੀਂ 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 ਪੋਜ਼ਿਟਿਵ ਵੀ ਲੈ ਸਕਦੇ ਹੋ ਤੇ ਤੁਸੀਂ ਨੈਗੇਟਿਵ ਵੀ ਲੈ ਸਕਦੇ ਹੋ ਇਹ ਹੁਣ ਤੋਡੇ ਉੱਤੇ ਹੀ ਡਿਪੈਂਡ ਕਰਦਾ ਕਿ ਤੁਸੀਂ ਉਹਨੂੰ ਮਤਲਬ 네ਗੇਟਿਵ ਲੈ ਲਓ ਇਹ ਜਾਂ ਉਹਨੂੰ ਤੁਸੀਂ ਮਤਲਬ ਹੈ ਕਿ ਪੋਜ਼ਿਟਿਵ ਲੈ ਲਓ ਹੂੰ ਵੈਸੇ ਮੈਂ ਤੁਹਾਨੂੰ ਦਾਵਤ ਦੇਵਾਂਗਾ ਕਿ ਮੈਂ ਜਿਹੜਾ ਨਾ ਕੁੱਕੜ ਬਹੁਤ ਚੰਗਾ ਬਣਾ ਲੈਂਦਾ ਹੂੰ ਉਸ ਤੋਂ ਬਾਅਦ ਕੋਰਮਾ ਬਹੁਤ ਚੰਗਾ ਬਣਾ ਲੈਂਦਾ ਹੂੰ ਤੇ ਬਰੀਆਨੀ ਤੁਸੀਂ ਮੇਰੇ ਹੱਥ ਦੀ ਅਗਰ ਖਾ ਇੱਕ ਵਾਰੀ ਤੁਸੀਂ ਖਾ ਲੈਣਾ ਤੇ ਤੁਸੀਂ ਮਤਲਬ ਹੋਟਲ ਹਟਾ ਭੁੱਲ ਜਾਓਗੇ ਤੁਸੀਂ ਨਹੀਂ ਨਹੀਂ ਤੇ ਮੈਂ ਤੁਹਾਨੂੰ ਦਾਵਤ ਦੇ ਰਿਹਾ ਤੁਸੀਂ ਮਤਲਬ ਕਦੀ ਕਿਉਂਕਿ ਅਸੀਂ ਤੇ ਦੇਖੋ ਪੰਜਾਬੀ ਖਾਵੇ ਹੁੰਦੇ ਨੇ ਸਾਡੇ ਘਰ ਦੇ ਵਿੱਚ ਮਤਲਬ ਅਸੀਂ ਤੇ ਨਿਹਾਰੀਆਂ ਪਕਾਈ ਦਿਆਂ ਉਸ ਤੋਂ ਬਾਅਦ ਸਿਰਿ ਪਾਏ ठीक है जी बोन उसके तो बाद कलेजियां ते दिमाग मतलब बहुत बहुत मजा आता मतलब मैं मतलब मैं मैं तो खा के बड़ा देखो नहीं फिर सेहत भी ते है नहीं नहीं मुझे खैर इतना कोई ऐसा कोई शौक नहीं है सेहत बनाने का हाँ लेकिन आप ये बताइए कि आपका जो हेयर स्टाइल है ये खासा जाना पहचाना है देखो मैं 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 गल दसा के ਤੋ ਸੀ ਮੇਰੇ ਕੱਲ ਨੂੰ ਜ਼ਰਾ ਸਮਝਣ ਦੀ ਕੋਸ਼ਿਸ਼ ਕਰਨਾ ਕਿ ਮੇਰਾ 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 ਜਿਹੜਾ ਹੈਅਰ ਸਟਾਈਲ ਆ ਮੇਰਾ ਮੇਰਾ ਜਿਹੜਾ ਹੈਅਰ ਸਟਾਈਲ ਹੈ ਇਹ ਬੜਾ ਯੂਨੀਕ ਹੈ ਮਤਲਬ 10 ਬੰਦੇ ਜਾ ਰਹੇ ਹੋਣ ਜਿਨ੍ਹਾਂ ਦੇ ਵਾਲ ਹੋਣ ਤੇ ਇੱਕ ਬੰਦਾ ਜਾ ਰਿਹਾ ਹੋਵੇ ਜਿਹਦੇ ਵਾਲ 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 ਮਤਲਬ ਸਿਰ ਦੇ ਉੱਤੇ ਵਾਲ ਨਾ ਹੋ ਤੇ ਤੁਹਾਨੂੰ ਅਗਰ ਕੋਈ ਕਵੇ ਮੇਰੇ ਬਾਰੇ ਤੇ ਤੁਹਾਨੂੰ ਪਛਾਣਨ ਦੇ ਵਿੱਚ ਆਸਾਨੀ ਹੋਏਗੀ ਹੋਈਗੀ ਨਾ ਸਨੀ ਹੂ ਹੂ ਮਤਲਬ ਅਸਾਨੀ ਹੋਏਗੀ ਨਾ ਤਾਂ ਨਹੀਂ ਨਹੀਂ ਇੱਕ ਨਿਸ਼ਾਨੀ ਵੀ ਤਾਂ ਹੈ ਨਾ ਮਤਲਬ ਮੈਨੂੰ ਮੈਨੂੰ ਕਨਫਿਊਜ਼ ਕਰ ਰਹੇ ਹੋ ਇਹ ਨਹੀਂ ਨਹੀਂ ਇਹ ਨਿਸ਼ਾਨੀ ਹੈ ਆਪਕੀ ਸੁਣ ਕੇ ਅਚਾਨਕ ਲੱਗ ਗਿਆ ਮਦਾਨ ਬੰਦੇ ਦਾ ਸਾਫ ਹੋਵੇ ਹੂੰ ਦੂਰੋਂ ਪਤਾ ਲੱਗਦਾ ਉਹ ਜਿਵੇਂ ਉਹ ਕਹਿੰਦਾ ਨਾ ਪੀਕੇ ਆਪਣੇ 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 ਫਿਲਮ ਦੇ ਵਿੱਚ ਕਦੀ ਮੈਂ ਜਿਹੜਾ ਪੀਲੇ 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 ਰੰਗ ਦਾ ਜਿਹੜਾ ਹੈਲਮਟ ਅਸਲੀ ਪਾਇਆ ਕਿ ਦੂਰ ਤੋਂ ਵੇ ਜਿਹੜਾ ਗਾਰਡਨ ਨੂੰ ਨਜ਼ਾਰਾ ਆ ਜਾ ਹੂੰ ਤੇ ਇਹ ਮਤਲਬ ਕੁਝ ਥੋੜਾ ਜਿਹਾ ਜ਼ਰਾ ਇਨਸਪੀਰੇਸ਼ਨ थ्योरी है कि अच्छा ये आपके जो बीच के बाल हैं ये जो झड़ गए हैं या फिर ये ऐसा हेयर स्टाइल रखने का आपको बहुत ज़्यादा कोई शौक है देखो ये सारे मतलब भंगड़ा पा पा के बाल सारे मेरे झड़ गए ठीक है लोकी 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 मेरे को पूछते नहीं कि जी तुम भंगड़े लिए की कुर्बानियां दी मैं उन्होंने कहता कि जी मैं भंगड़े लिए अपना सिर तक कुर्बान करता अपने वाल तक कुर्बान करते हैं अपनी जवानी कुरबानी करती होर, होर 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 मतलब मैं केड़ी, केड़ी, मतलब कैडी कुर्बानी दिया बाकी तो वो क्या है कि गालिब साहब से मादरत के साथ डानस ने निकम्मा कर दिया हमको वरना हम तो बंदे बड़े काम के थे तो बहरहल मैं थोड़ा सा जरा लुक लाइक जरा बॉय बॉय मतलब मैं लड़का लड़का लड़का

ਲੜਕਾ ਰਹਤਾ ਹੈ ਕਾਫੀ ਸਾਲ ਲੇਕਿਨ ਜਹਾਂ ਤੱਕ ਮੇਰਾ ਖਿਆਲ ਹੈ ਆਪਕੀ ਉਮਰ ਕੋਈ 50 55 ਸਾਲ ਤੱਕ ਤੋਂ ਹੋਗੀ ਯਕੀਨਨ ਦੇਖੋ ਪੰਜਾਬੀਸ ਕਹਿੰਦੇ ਨੇ ਕਿ ਜੀ ਦਿਲ ਚ ਹੋਏ ਸੱਚ ਤੇ ਗਲੀ ਚ ਖੜਾ ਨੱਚ ਹਮ ਠੀਕ ਹੈ ਮੇਰੇ 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 ਦਿਲ ਦੇ ਵਿੱਚ ਸੱਚ ਹੈ ਠੀਕ ਹੈ ਲੜਕੇ ਵਾਲੀ ਜਿਹੜੀ 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 ਗੱਲ ਹੈ ਮਤਲਬ ਲੋਕਿਆਂ ਨੂੰ ਔਨ ਨਹੀਂ ਕਰਦੇ ਲੋਕੀ ਦੂਜਿਆਂ ਦੇ ਸਾਹਮਣੇ ਨਹੀਂ ਕਹਿੰਦੇ ਲੇਕਿਨ ਮੈਂ ਅਲਹਮਦੁਲਿਲਾ ਦੰਗੇ ਦੀ ਚੋੜ ਤੇ ਤੁਹਾਨੂੰ ਕਹਿੰਦਾ ਕਿ ਜੇ ਮੈਂ ਲੜਕਾ ਲੜਕਾ ਹੈ ਗਿਆ ਮਤਲਬ ਮੈਨੂੰ ਤਸلیم ਕਰੋ ਤੁਸੀਂ ਕਿ ਮੈਂ ਪਾਕਿਸਤਾਨੀ ਕਮਿਊਨਿਟੀ ਦਾ ਇੱਕ ਉਹ ਲੜਕਾ ਜਿਹਦੀ ਉਮਰ ਦਾ ਤੁਸੀਂ ਅੰਦਾਜ਼ਾ ਲਾ ਲਓ ਮਤਲਬ ਕਿ ਤੁਹਾਡੀਆਂ ਤਿੰਨ ਨਸਲਾਂ ਜਵਾਨ ਹੋ ਗਈਆਂ ਹੋਣੀਆਂ ਲੇਕਿਨ ਮੈਂ ਉੱਥੇ ਦਾ ਉੱਥੇ ਹੀ ਹਾਂ ਤੁਹਾਡੇ ਸਹਾਫਤੀ ਕੈਰੀਅਰ ਦੀ ਇੰਨੀ ਉਮਰ ਉਮਰ ਨਹੀਂ ਹੋਣੀ ਹੂੰ ਜਿੰਨਾ ਕਿ ਮਤਲਬ ਮੇਰਾ ਤਜਰਬਾ ਹੋਣਾ ਡਾਨਸ ਦੇ ਵਿੱਚ ਹੂੰ ਬਲਕਿ ਡਬਲ ਲਾ ਲਓ ਹੂੰ ਉਸ ਤੋਂ ਡਬਲ ਮੇਰੀ ਮੇਰੇ ਤਰ੍ਹਾਂ ਮੇਰੀ ਉਮਰ ਹੈ ਤੇ ਤੁਸੀਂ ਅੰਦਾਜ਼ਾ ਲਾ ਲਓ ਕਿ ਮੇਰੀ ਉਮਰ ਕਿੰਨੀ ਹੋਣੀ ਹੈ ਤੇ ਮੇਰਾ ਜਿਹੜਾ ਭੰਗੜੇ ਦੇ ਵਿੱਚ ਜਿਹੜਾ ਤਜਰਬਾ ਉਹ ਕਿੰਨਾ ਕਿੰਨਾ ਹੋਣਾ ਹੈ ਯਾਨੀ ਆਪ 2 ਬਰਸ ਦੀ ਉਮਰ سے ਭੰਗੜਾ ਡਾਲ ਰਹੇ ਹਾਂ ਮੈਂ ਤੇ ਜਿਹੜੇ ਵੇਲੇ ਜੰਮਿਆ ਉਸ ਵੇਲੇ ਵੀ ਮੇਰੇ ਹੱਥ ਇੰਜ ਸਨ ਓਏ ਹੋਏ ਠੀਕ ਹੈ ਤੇ ਮੈਨੂੰ ਬੇਬੇ ਦਾਸ ਜੀ ਇਹ ਕਿ ਤੂੰ 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 ਜਿਹੜੇ ਵੇਲੇ ਜੰਮਿਆ ਤੇ ਬੱਚੇ ਉਸ ਤੋਂ ਬਾਅਦ ਫਿਰ ਅ ਮਤਲਬ ਉਹ ਐ ਉਹ ਐ ਕਰਕੇ ਰੋਂਦੇ ਨੇ ਲੇਕਿਨ ਤੂੰ ਜਿਹੜੇ ਵੇਲੇ ਮਤਲਬ ਰੋਂਦਾ ਸੈ ਨਾ ਤੂੰ ਰੋਂਦੇ ਵੀ ਇੰਜ ਇੰਜ ਕਰਦਾ ਸ ਹੈ ਹਾਏ ਠੀਕ ਹੈ ਤੇ ਮਤਲਬ ਮੈਂ ਤੁਹਾਨੂੰ ਆਪਣਾ ਬਚਪਨ ਦੱਸ ਰਿਹਾ ਤੁਸੀਂ ਹਾਏ ਹਾਏ ਕਰਕੇ ਬੜੇ ਠਨੋ ਅਫਸੋਸ ਹੋ ਰਿਹਾ ਹੈ ਜਾਨੀ ਬਚਪਨ ਸੇ ਆਪ ਐਂਟਰਟੇਨ ਕਰਤੇ ਆਏ ਸਭ ਕੋ ਇਤਨੇ ਦੇਖਣ ਵਾਲੋ ਕੋ ਆਪਣੇ ਸਾਥ ਰਹਿਣ ਵਾਲੋ ਕੋ ਇਹ 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 ਦੇਖੋ ਤੁਸੀਂ ਮਤਲਬ ਹੁਣ ਮੈਨੂੰ ਪਹਿਚਾਨ ਗਏ ਮੈਂ ਤੁਹਾਨੂੰ ਆਪਣੀ ਤਾਰੀਖ ਤਾਰੀਖ 10 ਤੇ ਤੁਸੀਂ ਅੱਗੇ ਹਾਏ ਹਾਏ ਕਰਕੇ ਪਤ ਨਹੀਂ ਮੈਨੂੰ ਲੱਗ ਰਿਹਾ ਸ਼ਾਇਦ ਤੁਹਾਨੂੰ ਬੜੀ ਤਕਲੀਫ ਬੰਦੇ ਨੂੰ ਜ਼ਖਮ ਵਾਲੀ ਬਾਤ ਅਸਲ ਵਿੱਚ ਮੈਨੂੰ ਅੱਜ ਤੱਕ ਖਬਰ ਨਹੀਂ ਮਤਲਬ ਬੰਦਾ ਰੋਡ ਤੇ ਜਾ ਰਿਹਾ ਹੋਵੇ ਤੇ ਉਹਨੂੰ ਵਟਾ ਪਵੇ ਤਾਂ ਬੰਦਾ ਕਹਿੰਦਾ ਹਾਏ ਹੂੰ ਠੀਕ ਹੈ ਮਤਲਬ ਬੰਦਾ ਜਾ ਰਿਹਾ ਹੋਵੇ ਤੇ ਉਹਨੂੰ ਡੈਂਬੋ ਲੱੜ ਜਾਏ ਫੇਰ ਬੰਦਾ ਕਹਿੰਦਾ ਹਾਏ

ਹਰ ਚੀਜ਼ ਦੀ ਆਪਣੀ ਆਪਣੀ ਇੱਕ ਤਾਲੀਮ ਹੁੰਦੀ ਹੈ ਤੁਸੀਂ ਇੱਥੇ ਮਤਲਬ ਇਦਰੇ ਕੰਪੇਰਿੰਗ ਸ਼ਮਪੇਰਿੰਗ ਕਰਦੇ ਹੋ ਇੱਥੇ ਐਡੀ ਕੋਈ ਤਾਲੀਮ ਲਈ ਹੈ ਨਾ ਤੁਸੀਂ ਇਹ ਤਾਲੀਮ ਲੈ ਕੇ ਆਇਓ ਇੱਥੇ ਉਸ ਤੋਂ ਬਾਅਦ ਤੁਹਾਨੂੰ ਪਤਾ ਲੱਗਿਆ ਕਿ ਮਤਲਬ ਕਿਵੇਂ ਬੋਲੀ ਦਾ ਕੈਮਰੇ ਦੇ ਸਾਹਮਣੇ ਲੋਕਾਂ ਨੂੰ ਕਿਵੇਂ ਬੇਵਕੂਫ ਬੜਾਈਦਾ ਮਤਲਬ ਜੇ ਤੁਸੀਂ ਸਵਾਲ ਕਰਕੇ ਲੋਕ ਦੂਜਿਆਂ ਨੂੰ ਬੇਵਕੂਫ ਸਮਝਦੇ ਹੋ ਤੇ ਆਪਣੇ ਆਪ ਨੂੰ ਬੜਾ ਇੰਟੈਲੀਜੈਂਟ ਤੇ ਪਤਾ ਨਹੀਂ ਕੀ ਕੀ ਸਮਝਦੇ ਹੋ ਮਤਲਬ ਹਰ ਜਿਹੜਾ ਟੀਵੀ ਟੀਵੀ ਦਾ ਜਿਹੜਾ ਐਂਕਰ ਹੁੰਦਾ ਉਹ ਆਪਣੇ ਆਪ ਨੂੰ ਅਕਲ-ਏ-ਕੁੱਲ ਸਮਝਦਾ ਮਤਲਬ ਕਿ ਉਹਦੇ ਉਹਦੇ ਐਂਕਰ ਦਾ ਹੌਸਲਾ ਹੈ ਕਿ ਉਹ ਆਪਣੇ ਗੈਸਟ ਕੋ ਵੀ ਬਰਦਾਸ਼ਤ ਕਰਦਾ ਹੈ ਹਾਂਜੀ ਲੇਕਿਨ ਤੁਸੀਂ ਦੇਖੋ ਨਾ ਤੁਸੀਂ ਫਿਰ ਮੇਰੇ ਨਾਲ ਮੁਕਾਬਲਾ ਕਰ ਲਓ ਤੁਸੀਂ ਮੈਨੂੰ ਬੁਰਾ ਕਰਕੇ ਦਿਖਾਓ ਜਿਵੇਂ ਮੈਂ ਕੀਤਾ ਬੁਰਾ ਹੂੰ ਨਹੀਂ ਨਹੀਂ ਇਹ 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 ਮੈਂ ਨਹੀਂ ਕਰ ਸਕਦੀ ਨਾ ਮੇਰੇ ਅੰਦਰ ਇਹ ਕੋਲ ਦੇਖੋ ਨਾਜ਼ਰੀਨ ਫਿਰ ਮਤਲਬ 10 ਆਊਟ ਆਫ 10 ਫਿਰ 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 ਮੇਰੇ ਨਾਲ ਆ ਕੇ ਨਾ ਤੇ ਮਤਲਬ 2 ਆਊਟ ਆਫ 10 ਫਿਰ ਤੁਹਾਡੇ ਨਾਲ ਆ ਕੇ ਅੱਛਾ ਇਹ ਥੋੜਾ ਸਾ ਕਲੀਅਰ ਕਰ ਦੇ ਕਿ ਇਹ ਬੁਰਰਾ ਮੈਂ ਬੋਲਤੇ ਕੀ ਹੈ ਹਾਂਜੀ ਇਹ ਦੇਖੋ ਮੈਂ ਮਤਲਬ ਆਪਣੇ ਤਈ ਇੱਕ ਮਾਹਿਰ ਭੰਗੜਾ ਜੀ ਆਤਾ ਅੱਛਾ ਠੀਕ ਹੈ ਮਤਲਬ ਭੰਗੜੇ ਦੇ ਹਵਾਲੇ ਨਾਲ ਕੋਈ ਵੀ ਅਗਰ ਕੋਈ ਟਾਕ ਸ਼ੋ ਭੰਗੜੇ ਦੇ ਹਵਾਲੇ ਨਾਲ ਕੋਈ ਵੀ ਰਿਸਰਚ ਭੰਗੜੇ ਦੇ ਹਵਾਲੇ ਨਾਲ ਕੋਈ ਵੀ ਡਿਬੇਟ ਮੇਰੇ ਬਿਨਾਂ ਪੂਰੀ ਨਹੀਂ ਹੋ ਸਕਦੀ ਅੱਛਾ ਠੀਕ ਹੈ ਮੈਂ ਭੰਗੜੇ ਦਾ ਇੱਕ ਐਨਸਾਈਕਲੋਪੀਡੀਆ ਹੂੰ ਠੀਕ ਹੈ ਅ ਮੈਂ ਤੁਹਾਨੂੰ ਦੱਸਦਾ ਪੰਗੜਾ ਕੀ ਹੁੰਦਾ ਹੈ ਪੰਗੜਾ ਪੰਗੜਾ ਹੁੰਦਾ ਹੈ ਕਲੀਅਰ ਠੀਕ ਹੈ ਦੂਸਰੀ ਗੱਲ ਹੈ ਕਿ ਪੰਗੜਾ ਮਤਲਬ ਜਿਹੜਾ ਬੁਰਾ ਕਰ ਦਿੰਦਾ ਹੈ ਅੱਛਾ ਕਦੀ ਤੁਸੀਂ ਵੇਖਿਆ ਜਿਹੜੇ ਬੱਕਰੀਆਂ ਚਰਾਉਂਦੇ ਨੇ ਹਾਂ ਉਹ 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 ਬੱਕਰੀਆਂ ਨੂੰ ਬੁਰਰਾ ਕਰਕੇ ਤੇ ਆਪਣੇ ਵਾਲੇ ਪਾਸੇ ਛੱਡ ਰਹੇ ਹੁੰਦੇ ਨੇ ਹਾਂ ਠੀਕ ਹੈ ਤੇ ਇਹ ਬੁਰਰਾ ਜਿਹੜਾ ਉਹ ਉਥੋਂ ਮਤਲਬ ਇਨਸਪੀਰੇਸ਼ਨ ਹੈਗੀ ਉਹ ਤੋਂ ਬੱਕਰੇ ਬੁਲਾਉਣਾ ਜ਼ਰੂਰੀ ਹੈ ਬੱਕਰੇ ਬੁਲਾਉਣਾ ਹਾਂਜੀ 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 ਇਹ ਬਬ ਮਤਲਬ ਬਹੁਤ ਸਾਰੇ ਪੰਜਾਬੀ ਗਾਣਿਆਂ 'ਚ ਤੁਸੀਂ ਸੁਣਿਆ ਹੋਣਾ ਕਿ ਜੀ ਮਤਲਬ ਬੱਕਰੇ ਬਲਾ ਕੇ ਤੇ ਅਸੀਂ ਜਨਾਂ ਨੇ ਜੀ मतलब उथे गिद्दा पाके ते पंगड़े पाके मतलब बहुत एंजॉय ਕੀਤਾ بلکہ ਉਹ ਇੱਕ ਗਾਣਾ ਵੀ ਹੈ ਉਹ ਪੰਜਾਬੀ ਜ਼ਬਾਨ ਦੇ ਗਾਣਾ ਹੈਗਾ ਕਿ ਨਾ ਉਹ ਗੱਡੇ ਤੇ ਨਾ ਚੜਦੀ ਗੱਡੀ ਰੇ ਤੇ ਨਾ ਚੜਦੀ ਆਸ਼ਿਕਾਂ ਦੇ ਗੱਟੂ ਤੇ ਟੱਪ ਚੜਦੀ ਬੋਲੋ ਤਾਰਾ ਰਾਰਾ ਆਹਾਂ ਹਾਂਜੀ ਬੋਲੋ ਤਾਰਾ ਰਾਰਾ 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 ਕਰਦੀ ਬੋਲੋ ਤਾਰਾ ਰਾਰਾ तो ये, ये मतलब इसमें जो शायर है वो इशारा दे रहे हैं बकले बकरे बुलाने का बुलाने का हाँ जी अच्छा ये तो तशریح है इसकी हाँ जी हां जी अच्छा।, अच्छा अच्छा मुझे आपके भंगड़े पर किसी किस्म का कोई اعتراض नहीं है लेकिन हर इवेंट में एक ही तरह का स्टेप कर करके आप खुद बोर नहीं हो जाते <laughs> देखें आ, सवाल तडा मतलब आपका जो सवाल है बड़ा अहम अहम सवाल है लेकिन आपको क्या क्या लगता है इस उम्र में जिस उम्र में इस वक्त मैं हूँ तो अगर मैं दूसरे स्टेप करूँ रोल बैक वाले स्टेप करूँ साइड वाला गिद्धा करूँ एक टांग पे भंगड़ा करूँ या एक टाँग के साथ फिर वो मतलब जुगनी स्टाइल में अगर मैं भंगड़े करूँ तो आपका क्या ख्याल है कि मेरी मतलब मेरा गिटा निकल सकता है ਮੇਰਾ ਗੋਡਾ ਟੁੱਟ ਸਕਦਾ ਹੈ। ਯਾਨੀ ਇਸ ਉਮਰ ਮੈਂ ਅਬ ਇਹ ਹੀ ਕਰ ਸਕਤੇ ਆਂ। ਮੇਰੇ ਜੋੜ ਖੁੱਲ ਗਏ। ਉਹ ਤਾਂ ਕੌਣ ਜ਼ਿੰਮੇਦਾਰ? ਹੂੰ। ਗਿੱਧੇ ਦੀ ਤੇ ਭੰਗੜੇ ਦੀ ਆਪਣੀ ਇਹ ਤਾਲੀਮ ਹੈ। ਅੱਛਾ। ਇਹਦਾ ਜਿਹੜਾ ਪਹਿਲਾ ਸਟੈਪ ਹੈ। ਹੂੰ। ਉਹ ਸਿਰਫ ਮੈਂ ਕਰਦਾ। ਅੱਛਾ। ਆਪ ਕੀ ਜਾਦਾ ਹੈ ਇਹ? ਹਾਂਜੀ। ਸਹੀ। ਪਹਿਲਾ ਸਟੈਪ। ਸਹੀ। ਸਿਰਫ ਮੈਨੂੰ ਆਂਦਾ ਉਹਦਾ ਪਹਿਲਾ ਸਟੈਪ। ਸਹੀ। ਦੂਜਾ ਸਟੈਪ ਨਾ ਕਦੇ ਸਿੱਖਿਆ। ਨਾਗੇ ਸਿੱਖਣਾ ਨਾ ਕਦੀ ਜ਼ਰੂਰਤ ਪਈ ਅੱਜ ਤੇ ਨਾ ਹੁਣ ਉਮਰ ਠੀਕ ਅੱਛਾ ਇੱਕ ਸਟੈਪ ਹੂੰ ਤੁਸੀਂ ਅੱਛੇ ਅੱਛੇ ਤਰੀਕੇ ਨਾਲ ਕਰ ਲਓ ਇੱਕੋ ਸਟੈਪ ਸਹੀ ਬਹੁਤ ਉਹ ਦਿਲ ਜਿੱਤ ਲਿਆ ਉਹ 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 ਆਹਾ ਵੇਖਣ ਵਾਲੇ ਦਾ ਕਮਿਊਨਿਟੀ ਮਤਲਬ ਜਿਹੜੇ ਵੇਲੇ ਮਤਲਬ ਕਮਿਊਨਿਟੀ ਆਹਾ ਆਹਾ ਕਰਦੀ ਮੈਂ ਉਸ ਵੇਲੇ ਕਰਦਾ ਆਹਾ ਆਹਾ ਮਤਲਬ ਮਜ਼ਾ ਆ ਜਾਂਦਾ ਮਸਵਾੜੀ ਕੁਝ ਹੋਰ ਉਹਦਾ ਉਹਦਾ ਮਤਲਬ ਨਜ਼ਾਰੇ ਆ ਜਾਂਦੇ ਨੇ ਕੀ ਦੱਸਾਂ ਮੈਂ ਤੁਹਾਨੂੰ ਨਜ਼ਾਰਾ ਸਾਹਿਬ ਬਖਤੀਬਾਬ ਇੱਕ ਗੱਲ ਕਰਾਂ ਹਾਂਜੀ ਤੁਹਾਡਾ ਬਚਪਨ ਤਾਂ ਚਲਾ ਗਿਆ ਪਰ ਫੜਕਾ ਨਹੀਂ ਗਈਆਂ ਹਾਂਜੀ ਬਿਲਕੁਲ ਫੜਕਾ ਤੇ ਜਾ ਹੀ ਨਹੀਂ ਸਕਦੇ ਨਾ ਵੇਖੋ ਮਤਲਬ ਕਹਿੰਦੇ ਨੇ ਕਿ ਜਿਹੜਾ ਆਦਤਾਂ ਹੁੰਦੀਆਂ ਨੇ ਬੰਦੇ ਦੇ ਸਿਰ ਨਾਲ ਜਾਂਦੀਆਂ ਨੇ ਨਾਜ਼ਰੀ ਇਨਕੀ ਬਾਤیں ਜਾਰੀ ਰਹਿਣਗੀਆਂ ਇਨਕੀ ਬਾਤیں ਜਾਰੀ ਰਹਿਣਗੀਆਂ ਜਾਂ ਵਕਤ ਹੋਇਆ ਬ੍ਰੇਕ ਦਾ ਸਾਡੇ ਨਾਲ ਰਹੀ ਹੈ اقوام-ਏ-ਆਲਮ ਮੇਂ ਕੀ ਹੋ ਰਹਾ ਹੈ ਕੌਣ ਚੌਕੇ ਔਰ ਛੱਕੇ ਲਗਾ ਰਹਾ ਹੈ दुनिया में तिब और इंफॉर्मेशन टेक्नोलॉजी में क्या तहकीकात हो रही हैं लॉलीवुड बॉलीवुड और हॉलीवुड की फिल्म नगरियों की दास्तान फैशन में क्या इन है और क्या है आउट ये सब जानने के लिए विजिट कीजिए हमारी वेबसाइट वोसा डॉट आप हमें यूट्यूब फेसबुक इंस्टाग्राम और ट्विटर पर भी फॉलो कर सकते हैं हर खबर से बाखबर रहने के लिए देखते रहें वोसा टी वेलकम बैक नाज़रीन हमारे साथ मौजूद हैं भक्तिया साहब जो अपने आप को डांस कम्युनिटी का यानी कि रक्स कम्युनिटी का बहुत बड़ा गुरु 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 बादशाह गुरु मतलब एक मुकम्मल पैकेज मतलब एक पंगड़े दा मुकम्मल पैकेज आई एम क्योंकि तुसी 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 देखो पाकिस्तानी कम्युनिटी इंडियन कम्युनिटी दे हर मतलब फंक्शन दे विच मैं ਮੈਂ ਮਤਲਬ ਤੁਹਾਨੂੰ ਨਜ਼ਰ ਆਵਾਂਗਾ ਅੱਛਾ ਠੀਕ ਹੈ ਇਹਦੇ ਇਨੇ ਕੋਈ ਹੈਰਾਨ ਹੋਣ ਵਾਲੀ ਗੱਲ ਨਹੀਂ ਠੀਕ ਹੈ ਪਾਕਿਸਤਾਨੀ 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 ਕਮਿਊਨਿਟੀ ਹੈ ਜਾਣਦੀ ਮੈਨੂੰ ਕਿਉਂਕਿ ਮੇਰੇ ਮਤਲਬ ਜਿੰਨਾ ਜੋਸ਼ ਮੇਰੇ ਪੰਗੜੇ 'ਚ ਹੁੰਦਾ ਨਾ ਉਹਨਾਂ ਉਹਨਾਂ ਜੋਸ਼ ਪਾਕਿਸਤਾਨੀ ਕਮਿਊਨਿਟੀ ਤੇ ਮੇਰੇ ਆਡੀਅנס ਦੇ ਵਿੱਚ ਹੁੰਦਾ ਅੱਛਾ ਤੇ ਮੇਰੇ ਆਡੀਅנס ਵੀ ਇੰਜੋਏ ਕਰਦੇ ਨੇ ਜਿਹੜੇ ਵੇਲੇ ਗਿੱਦੇ ਦੀ ਜਾਂ ਪੰਗੜੇ ਦੀ ਬੀਟ ਚੱਲੇ ਅੱਛਾ ਕੋਈ ਪੰਜਾਬੀ ਗਾਣਾ ਚੱਲੇ ਉਹ ਹੋ 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 ਮਤਲਬ ਸਵਾਦ ਆ ਜਾਂਦਾ ਸਵਾਦ ਆ ਜਾਂਦਾ ਤੋ ਇਹ ਰਕਸ ਕਰਤੇ ਕਰਤੇ ਆਪ ਥਕਤੇ ਨਹੀਂ ਹੈ ਨਹੀਂ ਜੀ ਮੈਂ 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 ਥਕਦਾ ਨਹੀਂ ਉਹਦੀ 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 ਵਜ੍ਹਾ ਹੈ ਕਿ ਜਿਹੜੇ ਵੇਲੇ ਤੁਸੀਂ ਪ੍ਰੈਕਟਿਸ ਕਿਸੇ ਚੀਜ਼ ਦੀ ਪ੍ਰੈਕਟਿਸ ਕਰੋ ਕਿਉਂਕਿ ਮੈਂ 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 ਮਤਲਬ ਬਚਪਨ ਤੋਂ ਕਰ ਰਿਹਾ ਤੇ ਇਸ ਲਈ ਬਚਪਨ ਤੋਂ ਮੇਰਾ ਰਿਆਜ਼ ਹੈ ਤੁਸੀਂ ਕਿਸੇ ਗਾਇਕ ਕੋਲ ਪੁੱਛੋ ਕਿ ਜੀ ਤੁਸੀਂ ਐਨੇ ਉੱਚੇ ਚ ਸੁਰ ਲਾਂਦੀ ਤੁਸੀਂ ਐਨੇ ਵੱਡਿਆਂ ਵੱਡੀਆਂ ਤਾਨਾ ਐਨੇ ਵੱਡੇ ਵੱਡੇ ਰਾਗਣੀਆਂ ਠੀਕ ਹੈ ਤੁਸੀਂ ਗਾਉਂਦੇ ਹੋ ਫੇਰ ਤੁਹਾਨੂੰ ਸਾਹ ਨਹੀਂ ਛੱਡਦਾ ਕਿਉਂ ਕਿ ਉਸ ਸਵੇਰੇ ਜਦੋਂ ਵੇਲੇ ਪੀਰਾਂ ਨੂਰਾਂ ਦਾ ਵੇਲਾ ਹੁੰਦਾ

अच्छा ठीक है मैं कोई मतलब ਆਪਣੇ ਕੋਈ ਜੋੜਾ ਨਹੀਂ ਬਣਾਇਆ ਜਿਹਦੇ ਕਿਸੇ ਹੱਥ ਦੇ ਮਰਾਸੀ ਦੇ ਹੱਥ ਦੇ ਵਿੱਚ ਭਾਂਡ ਦੇ ਕਿਸੇ ਹੱਥ ਦੇ ਵਿੱਚ ਜਮੂਟਾ ਹੋਵੇ ਤੇ ਉਹ ਮੈਨੂੰ ਕਹਵੇ ਮੋਲੋ ਵੀ ਮੋਲਾਬਾਦ ਰੱਖੇ ਤੇ ਮਤਲਬ ਉਸ ਤੋਂ ਬਾਅਦ ਫਿਰ ਉਹ پاਗ ਲੱਗੇ ਨਹੀਂ ਮਹਾ ਮਤਲਬ پاਗ ਲੱਗੇ ਰਹਿਣ ਜਿਉ ਤੁਹਾਡੇ ਪ੍ਰੋਗਰਾਮਾਂ ਦੀਆਂ ਖੈਰਾਂ ਮਤਲਬ ਮੈਂ ਇਹ ਹੋ ਜਾ ਮਰਾਸੀਆਂ ਨਾਲ ਕੰਮ ਨਹੀਂ ਕਰਦਾ ਮੈਂ ਇੱਕ ਬਿਜ਼ਨਸਮੈਨ ਬੰਦਾ ਸਹੀ ਪਾਕਿਸਤਾਨ ਪਾਕੀ ਪਾਕਿਸਤਾਨੀ ਕਮਿਊਨਿਟੀ ਦਾ ਬਹੁਤ ਇੱਕ ਸ਼ਰੀਫ ਉਸ ਤੋਂ ਬਾਅਦ ਬਿਜ਼ਨਸ ਬਿਜ਼ਨਸਮੈਨ ਕਮਿਊਨਿਟੀ ਮਾਰੂਫ ਸਮਾਜੀ ਕਾਰੋਬਾਰੀ ਇੱਜ਼ਤਦਾਰ ਅੱਛਾ ਉਸ ਤੋਂ ਬਾਅਦ ਸਮਹਾਉ ਬਜ਼ੁਰਗ ਐਂਡ ਜ਼ਿਆਦਾ ਜਿਹੜਾ ਮੈਂ ਮਤਲਬ ਨੌਜਵਾਨਾਂ ਦੀ ਪਸੰਦ ਠੀਕ ਹੈ ਉਸ ਤੋਂ ਬਾਅਦ ਪਾਕਿਸਤਾਨੀ ਕਮਿਊਨਿਟੀ ਦੇ ਜਿਹੜੇ ਨੌਜਵਾਨ ਹੈਗੇ ਨੇ ਉਹ ਮਤਲਬ ਮੇਰੇ ਨਾਲ ਉਹਨਾਂ ਦਾ ਉਹਨਾਂ ਦੇ ਦਿਲ ਕਰਦਾ ਕਿ ਜੀ ਅਸੀਂ ਪੰਗੜਾ ਪਾਈਏ ਅੱਛਾ ਪਾਈ ਦੇ ਨਾਲ ਹੂੰ ਪਾਈ ਸਾਢੇ ਦਿਨ ਮੈਨੂੰ ਹਾਏ ਹਾਏ ਮਤਲਬ ਮੈਨੂੰ ਤੇ ਕਮਿਊਨਿਟੀ ਵਿੱਚ ਕੋਈ ਅੰਕਲ ਵੀ ਨਹੀਂ ਸਿੱਖਦੇ ਵੀ ਨਹੀਂ ਮਤਲਬ ਕੋਈ ਅੰਕਲ ਵੀ ਨਹੀਂ ਸਾਢਦਾ ਸਮਝ ਜਾਓ ਨਾ ਤੁਸੀਂ ਸੇਸ ਗੱਲ ਤੋਂ ਅੱਛਾ ਕਿ ਮੈਂ 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 ਮਤਲਬ ਮੈਂ ਆਪਣੇ ਆਪਣੇ ਆਪ ਨੂੰ ਮਤਲਬ ਕਿਉਂ ਲੜਕਾ ਸਮਝਣਾ ਅੱਛਾ ਅੱਛਾ ਆਪ ਪ੍ਰੋਫੈਸ਼ਨਲ ਰਕਾਸ ਵੀ ਨਹੀਂ ਹੈ ਗੁਲੁਕਾਰ ਵੀ ਨਹੀਂ ਹੈ आप में मगर ये तमाम सलाहियतें जो हैं वो कूट कूट कर भरी हुई हैं क्या कहेंगे इस पर ये, ये, ये देखें आपका और कम्युनिटी का जो है वो, हुसने नजर है। के वो हुसन नजर है वो देखने वाले की आँख में होता है आपकी इसके अलावा और क्या क्या मसरूफियात हैं क्या करते हैं है? जैसा कि मैंने आपको पहले बताया कि मैं एक हाउस हस्बैंड हूँ ਹੂੰ ਮੈਂ ਆਪਾਂ ਮਤਲਬ ਕਾ ਘਰ ਦੇ ਵਿੱਚ ਰਹੀਦਾ ਹੂੰ ਰੋਟੀਆਂ ਪਕਾਈਦੀ ਹਾਂ ਹੂੰ ਸਾਲਨ ਪਕਾਈਦਾ ਹੂੰ ਬਰਤਨ ਧੋਈਦੇ ਤੇ ਉਹ ਉਸ ਤੋਂ ਬਾਅਦ ਟੀਵੀ ਵੇਖੀਦਾ ਸਹੀ ਉਸ ਤੋਂ ਬਾਅਦ ਫਿਲਮਾਂ ਕੁੱਟੀਦਾ ਗਾਣੇ ਵੇਖੀਦੇ ਫਿਲਮਾਂ ਵੀ ਵਗੜੇ ਹਾਂਜੀ ਸੋ ਸੋਸ਼ਲ ਮੀਡੀਆ ਤੇ ਉਸ ਤੋਂ ਬਾਅਦ ਯੂਜ਼ ਕਰਨਾ ਬਾਕੀ ਮਤਲਬ ਕੋਈ ਐ ਨਹੀਂ ਕਿ ਮੈਂ ਮੈਂ ਸਿਰਫ ਇਹ ਹੀ ਕੰਮ ਕਰਦਾ ਮੈਂ ਅਲਹਮਦੁਲਿ ਮੈਂ ਤੁਹਾਨੂੰ ਪਹਿਲੇ ਪਹਿਲੇ ਵੀ ਦੱਸਿਆ ਮੈਂ ਇੱਕ 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 ਬਿਜ਼ਨਸਮੈਨ ਹੂੰ ਤੇ ਬਿਜ਼ਨਸ 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 ਦੇ ਹਵਾਲੇ ਨਾਲ ਮਤਲਬ ਮੇਰੀ 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 ਪਛਾਣ ਹੈ ਤਾਂ ਆਪ ਕੀ ਬਿਜ਼ਨਸ ਕਰਤੇ ਹੈਂ देखो मतलब इतनी कोई हैरान है है होने वाली बात नहीं है मतलब आप हैरान के ऐसे पूछ रही जैसे मैं कोई सुजुकी खड़ी करके कुछ छोले चावल लाना कोई मतलब कोई दाल तो कहें दाल चौल लाना मतलब को हलीम बेचना मैं योजा काम नहीं करता बिजनेसमैन बनना साफ सुथरा काम करी आप आयाशी दी लाइफ गुजारी दी बस अच्छा तो क्या कभी कोशिश की है कि किसी फिल्म या ड्रामे में आप काम कर सकें आपको मौका मिले काम करने का जी जी बिल्कुल फिल्म मैंने एक ऑफर हुई थी फिल्म मैंने फिल्म मेरे कोई एक 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 ऑफर हुई उस तो बाद उन्होंने मतलब मेरी गल हुई लाहौर क्योंकि आई एम फ्रॉम लाहौर ਤੇ ਉਸ ਤੋਂ ਬਾਅਦ ਲੋਰੀਆ ਤੇ ਤੁਹਾਨੂੰ ਪਤਾ ਹੈ ਕਿ ਉਹਦੇ ਰਗ ਰਗ ਤੇ ਉਹਦੇ ਨਸ ਨਸ ਤੇ ਉਹਦੇ ਹੰਗ ਹੰਗ ਦੇ ਵਿੱਚ ਹੂੰ ਪੰਗੜਾ ਵਸਿਆ ਹੁੰਦਾ ਹਾਂ ਵੈਸੇ ਤਾਂ ਖੈਰ ਮੈਡਮ ਕਹਿੰਦੀ ਹੈ ਕਿ ਜੀ ਅੰਗ ਅੰਗ ਫੜਕੇ ਮੇਰਾ ਲੇਕਿਨ ਬਸ ਮੈਡਮ ਦੇ ਗਾਣੇ ਸੁਣ ਕੇ ਮੇਰਾ ਵੀ ਅੰਗ ਅੰਗ ਫੜਕਦਾ ਜਿਹੜੇ ਬਲਮਾਸਟੇਜ ਤੇ ਚੜ ਜਾਂਦਾ ਹੂੰ ਖੈਰ ਐਨੀਵੇਜ਼ ਬਾਤ ਕਰ ਰਹੇ تھے ਅਸੀਂ ਕਿਦੇ ਤੇ ਆਪ ਬਾਤ ਕਰ ਰਹੇ تھے ਕਿ ਇਸਕੇ ਇਲਾਵਾ ਆਪਨੇ ਕੋਸ਼ਿਸ਼ ਕੀਤੀ ਕਿਸੇ ਫਿਲਮਾਂ ਜਾਂ ਫਿਲਮ ਨਿਕਾਮ ਕਰਨ ਦੀ ਹਾਂ ਦੇਖੋ ਫਿਲਮ ਦੇਵਲਨ ਮੇਰੀ ਇੱਕ ਇੱਕ ਮਰਤਬਾ ਗੱਲ ਹੋਈ ਮੈਂ ਬਾਰੀ ਸਟੂਡੀਓ ਗਿਆ ਦੇਵਲਪਾਕਿਸਤਾਨ ਮੇਰਾ ਚੱਕਰ ਲੱਗਿਆ ਮੈਂ ਲਾਹੌਰ ਗਿਆ ਬਾਰੀ ਗਿਆ ਐਵਰਨਿਊ ਗਿਆ ਤੇ ਉੱਥੇ ਉੱਥੇ ਉਹਨਾਂ ਨੇ ਮੇਰਾ ਆਡੀਸ਼ਨ ਲਿਆ ਉਹਨਾਂ ਨੇ ਕਿਹਾ ਕਿ ਜੀ ਭਾਈ ਤੈਨੂੰ ਅਸੀਂ ਫਿਲਮ ਦੇ ਵਿੱਚ ਪਾ ਦਿਆਂਗੇ ਕੋਈ ਮਸਲਾ ਠੀਕ ਹੈ ਲੇਕਿਨ ਉਸ ਫਿਲਮ ਦੇ ਵਿੱਚ ਕੋਈ ਹੀਰੋਇਨ ਨਹੀਂ ਨਹੀਂ ਹੋਏਗੀ। ਹਾਂ ਬਗੈਰ ਹੀਰੋਇਨ ਕੀ ਮੂਵੀ? ਹਾਂਜੀ। ਹੂੰ ਉਸकी वजह क्या थी? ਮਤਲਬ ਉਹ 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 ਕਹਿੰਦੇ ਸਨ ਕਿ ਜੀ ਤੁਸੀਂ ਸੂਟ ਨਹੀਂ ਕਰੇਗਾ। ਹੂੰ ਮੈਂ ਬਹੁਤ ਪੁਰਾਣੀ ਗੱਲ ਹੈ। ਅੱਛਾ ਮੈਂ ਮੈਂ ਕਿਹਾ ਤੁਸੀਂ ਮੈਂ ਮੇਰੇ ਨਾਲ ਅੰਜਮਨ ਨੂੰ ਪਾ ਦਿਓ। ਹੂੰ ਅ ਤੁਸੀਂ ਮੇਰੇ ਨਾਲ ਕਿਸੇ ਮਤਲਬ ਹੋਰ ਨੂੰ ਪਾ ਦਿਓ ਮਤਲਬ ਹੋਰ ਵੀ ਕਾਫੀ ਸਾਰੇ ਆ ਗਏ। ਬੜੀਆਂ ਨੇ ਸਾਰੇ। ਹਾਂਜੀ ਹਾਂਜੀ ਹਾਂਜੀ। ਸਾਇਮਾ ਤਾਂ ਖੈਰ ਉਸ ਵੇਲੇ ਬਹੁਤ ਬੱਚੀ ਸੀ ਜਿਹੜੇ ਵੇਲੇ ਮੈਂ ਮੈਂ ਜਿਹੜੀ ਗੱਲ ਕਰ ਰਿਹਾ ਹਾਂ ਤੇ ਅਜੇ ਤਾਂ ਚੂੜੀਆਂ ਵੀ ਰਿਲੀਜ਼ ਨਹੀਂ ਹੋਈ ਸੀ ਜਿਹੜੇ ਵੇਲੇ ਉਸ ਬਹੁਤ ਪੁਰਾਣੇ 90s ਦੀ ਗੱਲ ਕਰ ਰਿਹਾ 90s ਦੇ ਸ਼ੁਰੂ ਦੀ ਸਹੀ ਬਟ ਉਸ ਤੋਂ ਬਾਅਦ ਇੱਕ ਮੌਕਾ ਮੈਨੂੰ ਮਿਲਿਆ ਅਮਰੀਕਾ ਦੇ ਵਿੱਚ ਫਿਲਮ ਦਾ ਮੈਂ ਉੱਥੇ ਆਡੀਸ਼ਨ ਦੇਣ ਕੇ ਲਈ ਗਿਆ ਮੈਂ ਜਿਹੜੇ ਆਡੀਸ਼ਨ ਦੇਣ ਲਈ ਗਿਆ ਉੱਥੇ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਜੀ ਭਾਈ ਜੀ ਉਹ ਤੁਸੀਂ ਅਜੇ ਤੁਹਾਡੇ ਸਾਹ ਦੇ ਕੈਮਰਾ ਨਹੀਂ ਪੜਿਆ ਹਾਏ ਕੀ ਬੜਾ ਤੁਸੀਂ ਮਤਲਬ ਹਾਂਜੀ ਅਸੀਂ ਉਹਨਾਂ ਨੇ ਕਿਹਾ ਸੀ ਅਸੀਂ ਆਰਡਰ ਦਿੱਤਾ ਹੈ ਕੈਮਰੇ ਦਾ ਅੱਛਾ ਮਤਲਬ ਮਤਲਬ ਜਿਹੜੇ ਪੂਰੇ ਇੱਕ ਕੈਮਰੇ ਦੇ ਵਿੱਚ ਤੁਸੀਂ ਮਤਲਬ ਪੂਰੇ ਪੂਰੇ ਆਦੋ ਹਾਂ ਉਹ ਕੈਮਰੇ ਦਾ ਆਰਡਰ ਦਿੱਤਾ ਹੈ ਹਾਂਜੀ ਉਹ ਅਸੀਂ ਕੈਮਰੇ ਦਾ ਆਰਡਰ ਦਿੱਤਾ ਹੈ ਸਹੀ ਫਿਰ ਉਹ ਕੈਮਰਾ ਕੈਮਰਾ ਬਣਾਉਣ ਵਾਲੀ ਜਿਹੜੀ ਕੰਪਨੀ ਹੈ ਉਹਨਾਂ ਨੇ ਕਿਹਾ ਕਿ ਜੀ ਅਸੀਂ ਤੁਹਾਡੇ ਲਈ ਖਾਸ ਤੌਰ ਤੇ ਦੋ ਅੱਖਾਂ ਵਾਲਾ ਕੈਮਰਾ ਬੜਵਾ ਰਹੇ ਹਾਂ ਤੁਸੀਂ ਵੇਖਿਆ ਹੋਣਾ ਕੈਮਰੇ ਦੀ ਇੱਕੋ ਹੀ ਅੱਖ ਹੁੰਦੀ ਹੈ ਇੱਕੋ ਹੀ ਹੁੰਦੀ ਹੈ ਤੇ ਉਹ ਦੋ ਮਤਲਬ ਅੱਖਾਂ ਵਾਲਾ ਕੈਮਰਾ ਬੜਵਾ ਕੇ ਤੇ ਫਿਰ ਅਸੀਂ ਤੁਹਾਨੂੰ ਲੈ ਗਏ ਫਿਲਮ ਦੇ ਵਿੱਚ ਤਾਂ ਕਿ ਤੁਸੀਂ ਦੋ ਅੱਖਾਂ ਨਾਲ ਵੇਖ ਕੇ ਤੇ ਪੂਰੇ ਮਤਲਬ ਫਰੇਮ ਦੇ ਵਿੱਚ ਆ ਜਾਓ ਨਹੀਂ ਤੇ ਬੱਚੇ ਡਰਨਗੇ ਹੂੰ ਬੱਚੇ ਤਾਂ ਖੈਰ ਮੇਰੇ ਡਾਂਸ ਨਾਲ ਵੀ ਡਰ ਜਾਂਦੇ ਨੇ ਓਹੋ ਪਿਛਲੇ ਦਿਨ ਮੈਨੂੰ ਇੱਕ ਬੰਦੇ ਨੇ ਸ਼ਿਕਾਇਤ ਕੀਤੀ ਕੀ ਕਹਿੰਦਾ ਉਹ ਭਾਈ ਜੀ ਤੁਸੀਂ ਉਹ ਜਿਹੜਾ ਕਰਦੇ ਉਹਨਾਂ ਬਾਬਾ ਹੂੰ ਠੀਕ ਹੈ ਤੁਸੀਂ ਜਿਹੜਾ ਬੁਰਾ ਕਰਦੇ ਹੋ ਆਪਣਾ ਬਹੁਤ ਮਤਲਬ ਮਜ਼ੇ ਲਲ ਕਰਦੇ ਹੋ ਤੁਸੀਂ ਲੇਕਿਨ ਉਹ ਮਸਲਾ ਇਹ ਹੋਇਆ ਕਿ ਸਾਡੇ ਜਿਹੜੇ ਬੱਚੇ ਹੈਗੇ ਨੇ ਨਾ ਭਾਈ ਜਾਨ ਉਹ ਡਰ ਗਏ ਅੱਛਾ ਉਹ ਤਿੰਨ ਦਿਨ ਤੱਕ ਜੀ ਬੱਚੇ ਸੋ ਨਹੀਂ ਪਾਇਆ ਸਹੀ ਤੇ ਬੱਚੇ ਨਾ ਸੌਣ ਦੀ ਜ਼ਿੰਮੇਵਾਰੀ ਵੀ ਵੇਖੋ ਮੇਰੇ ਉੱਤੇ ਪਾਤੀ ਸਹੀ ਮੈਂ 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 ਵੇ ਤੇ ਆਪਣਾ ਭੰਗੜਾ ਕਰਦਾ ਹੂੰ ਮੈਨੂੰ ਤੇ ਇਸ ਗੱਲ ਦਾ ਕੋਈ ਨਹੀਂ ਕਿ ਮਤਲਬ ਕਿਸੇ ਨੂੰ ਚੰਗਾ ਚੰਗਾ ਲੱਗਦਾ ਕਿ ਕਿ ਕਿਸੇ ਨੂੰ ਚੰਗਾ ਨਹੀਂ ਲੱਗਦਾ ਸਹੀ ਲੇਕਿਨ ਬਹਰ ਮੈਂ ਉਹਨਾਂ ਬੱਚਿਆਂ ਕੋਲੋਂ ਮਤਲਬ ਬਸ ਠੀਕ ਹੈ ਅੱਛਾ ਫਿਲਮ ਛੋੜੇਂ ਸਟੇਜ ਪਰ ਤੋ ਆਪ ਕੰਮ ਕਰ ਸਕਤੇ ਹੈ ਨਾ ਅ ਅਜੀਬ ਬੇ ਬਹੁਤ ਪੁਰਾਣੀ ਗੱਲ ਹੈ ਮਤਲਬ ਸਟੇਜ ਵਾਲੀ ਸਟੇਜ ਤੇ ਮੈਂ ਗਿਆ ਉੱਥੇ ਉਹ 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 ਆਡੀਸ਼ਨ ਦਿੱਤਾ ਕਿ ਜੀ ਔਰ ਤੋਂ ਬਾਅਦ ਉੱਥੇ ਇੱਕ ਡਾਇਰੈਕਟਰ ਆਇਆ ਮੈਨੂੰ ਕਹਿੰਦਾ ਕਿ ਜੀ ਤੂੰ ਇੱਕ ਡਾਇਲੌਗ ਬੋਲਣਾ ਅੱਛਾ ਠੀਕ ਹੈ ਤੇ ਅਸਲ ਵਿੱਚ ਬਹੁਤ ਮਤਲਬ ਐਕਸਪੀਰੀਅੰਸ ਦੋ ਹੈ ਹੂੰ ਤੋਂ ਐਕਸਪੀਰੀਅੰਸ ਇੱਕ ਚੰਗਾ ਹੋਇਆ ਹੂੰ ਇੱਕ ਬਹੁਤ ਪੁਰਾਣਾ ਹੈ ਸਹੀ ਪਹਿਲਾ ਜਿਹੜਾ ਡਾਇਰੈਕਟਰ ਸੀ ਹਾਂ ਬਾਬਰ ਤੇ ਸਹੀ ਬਹੁਤ ਪੁਰਾਣੀ ਗੱਲ ਬਹੁਤ ਪੁਰਾਣੀ ਸਹੀ ਬਹੁਤ ਉਨੇ ਕੇ ਆ ਕੇ ਜੀ ਤੂੰ ਡਾਇਲੌਗ ਬੋਲਣਾ ਕਿ ਜੀ ਮੈਂ ਅੱਜ ਆਪਣੀ ਭੈਣ ਦੀ ਇੱਜ਼ਤ ਦਾ ਬਦਲਾ ਲੈ ਕੇ ਜਾਵਾਂਗਾ। ਅੱਛਾ ਇਹ ਡਾਇਲੌਗ ਆਪਕੋ ਦਿਆ ਗਿਆ। ਹਾਂ ਜੀ। ਮੈਂ ਜਿਹੜੇ ਵੇਲੇ ਉਹਨੂੰ ਡਾਇਲੌਗ ਬੋਲੇਆ ਕਿ ਮੈਂ ਆਪਣੀ ਭੈਣ ਦੀ ਇੱਜ਼ਤ ਦਾ ਬਦਲਾ ਲੈ ਕੇ ਜਾਵਾਂਗਾ। ਉਸ ਤੋਂ ਬਾਅਦ ਉਹਨੇ ਮੈਨੂੰ ਥੱਪੜ ਮਾਰਕਾ। ਹਾਂ। ਉਹਨੇ ਮੈਨੂੰ ਚੰਡ ਮਾਰੀ। ਮੈਂ ਸਟੇਜ ਦੇ ਉੱਤੇ ਡਿੱਗ ਗਿਆ। ਮੈਂ ਡਿੱਗ ਗਿਆ ਤੇ ਸਟੇਜ ਦੇ ਚਾਰ ਫੱਟੇ ਟੁੱਟ ਗਏ। ਹਾਂ। ਉਸ ਤੋਂ ਬਾਅਦ ਫਿਰ ਉਹਨਾਂ ਨੇ ਮੈਨੂੰ ਬਾਹਰ ਕੱਢ ਦਿੱਤਾ। ਹਾਂ।

ਉਨੇ ਕਿਆ ਮੁੰਡਿਆਂ ਮੈਂ ਤੇਰੇ ਕੋਲ ਦੋ 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 ਗਾਣੇ ਕਰਾਵੇਂ ਹੂੰ ਮੈਂ ਮੈਂ ਕਿਹਾ ਮੈਨੂੰ ਸਿਰਫ ਭੰਗੜਾ ਹੁੰਦਾ ਸਹੀ ਇਹ ਬਾਕੀ ਜਿਹੜਾ ਤੁਹਾਡਾ ਡਾਂਸ ਡੂਨਸ ਜਿਹੜਾ ਸਟੇਜਾਂ ਤੇ ਹੁੰਦਾ ਜਿਹੜਾ ਕੁੜੀਆਂ ਕਰਦੀਆਂ ਨੇ ਹੂੰ ਇਹ ਮੈਂ ਮੈਂ ਨਹੀਂ ਕਰਦਾ ਕਿਉਂਕਿ ਭੰਗੜੇ ਦੀ ਤੋਹੀਨ ਹੈ ਸਹੀ ਡਾਂਸ ਡਾਂਸ ਹੁੰਦਾ ਭੰਗੜਾ ਭੰਗੜਾ ਹੁੰਦਾ ਸਹੀ ਉਹ ਉਹ ਉਸ ਤੋਂ ਬਾਅਦ ਫਿਰ ਉਹਨੇ ਮੈਨੂੰ ਕਿਹਾ ਕਿ ਤੂੰ ਤਿੰਨ ਮਿੰਟ ਡਾਇਲਾਗ ਦੇ ਰਿਹਾ ਤੂੰ ਬੋਲਣੇ ਕਵੀ ਤੋਂ ਮੈਂ ਤੁਹਾਨੂੰ ਸੁਣਾ ਦਿੰਦਾ ਸਹੀ ਹਾਂ ਹਾਂ ਬਤਾਈਏ ਕੀ ਡਾਲ ਲੇ ਤੇ ਉਹ ਉਰਦੂ ਚ ਡਲਾਕ ਹੈਗੇ ਨੇ ਸਹੀ ਕਿਉਂ ਤੋਂ 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 ਤੁਸੀਂ ਤੁਸੀਂ ਤੋਂ ਕਾਂਚ ਕੀ ਗੁੜੀਆ ਹੋ ਕ ਕ ਕ ਕ ਕ ਕਾਂਚ ਦਾ ਤਨ ਹੈ ਕ ਕਾਂਚ ਦਾ ਮਨ ਹੈ ਕ ਕਾਂਚ ਕੇ ਜਿਸਮ ਮੇ ਕ ਕ ਕਾਂਚ ਕੀ ਰੂਹ ਹੋ ਤੁਮ ਹੂੰ ਤੋ ਤੋ ਤੁਮ ਤੋ ਮੇਰੇ ਲਈ ਸਭ ਸਭ ਕੁਝ ਹੁੰਦਾ ਹੂੰ ਉਸ ਤੋਂ ਬਾਅਦ ਮੈਂ ਮਤਲਬ ਐਨੇ ਰੇ 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 ਟੈਕ ਕੀਤੇ ਡਰ ਡਾਇਰੈਕਟਰ ਨੇ ਮੈਨੂੰ ਕਿਹਾ ਕਿ ਤੂੰ ਤੂੰ ਟੂ ਸਟੇਜ ਡਰਾਮਾ ਛੱਡ ਦੇ ਤੋ ਤੋ ਸਿਰਫ ਡਰਾਮਾ ਮੁਫਤ ਦੇ ਵਿੱਚ ਵੇਖਣਾ ਹੈ ਤੇ ਉਹ ਉਹਨਾਂ ਨੇ ਵੀ ਮਤਲਬ ਮੈਨੂੰ ਕੱਟਤਾ ਤੇ ਬਾਕੀ ਐਕਟਿੰਗ ਤੇ ਮੇਰੇ ਅੰਦਰ भरी हुई कोट-कोट <environmentally> कोट कोट के।, कोट के भरी कोट-कोट के हम्म गुलकारी अधिकारी तो मेरे अंदर कोट-कोट के भरी हम्म बस यही गल है बाकी मैं खुश हूं अपनी लाइफ तो मैं अपनी लाइफ तो बहुत खुश हूं मैं अपनी जिंदगी तो बहुत खुश हूं मैं अपने इनवायरमेंट तो बहुत खुश हूं देखो ना कितनी खूबसूरत लाइफ है दिल करिए अपना कारोबार खोल लीजिए हां दिल करिए अपना कारोबार बंद कर लीजिए सही